मोगा के साथ लगते बरनाला बाईपास रोड पर बसे तलवंडी बागरिया के पास गुजरती नहर में पानी की ओवरफ्लोइंग के कारण नहर में करीब 4-5 फीट बाढ़ पड़ने से नहर के साथ लगती करीब 50 एकड़ खेती में खड़ी फसल को भारी नुकसान पहुंचा है, जिसको लेकर गांव वासियों में काफ़ी रोष पाया जा रहा है। वहीं अभी तक कोई भी अधिकारी उनके पास नहीं पहुंचा। नहर टूटने का कारण नहर में से ओवरफ्लोइंग का अच्छी तरह से निकासी ना होना बताया जा रहा है। जिन्होंने जमीन ठेके से ली हुई है, पिछे आलूआं की फसल से वह बहुत भारी नुकसान होया, थोड़ा सारे पता। हूँ जिहड़ा पानी छड्डिया नहरी महकमे ने, पिछों पानी बारिश होने करके ज्यादा आया, लोगों ने मोगे बंद कर दिते। अगे पानी की निकासी कोई नहीं, जिहड़ा सड़क वाले डवर्श बनाया उत्थे पुलियां नहीं नपियां। हालांकि पहला पुल सीगा जिहड़ा, उहदे वेख के इन्हां नूं पुलियां नप देणियां चाहीदियां सी। पुलियां नपियां सी, पानी बंद हो गया, निकासी है नहीं सी, वो दोनों पासे सूहा टुट गया। उधर इधर जिहड़ी मूंगी की फसल 2.5 एकड़ बलवीर सिंह की, यह सारी खत्म हो गई है। दूजे पासे जिहड़ा झोना लगा सीगा, अज 3000 रुपया लवाई, 1000 रुपया वाही वाही का खर्चा है, होर खर्चे पै जाते हैं। ये जिहड़ा नुकसान जिमीदारों का बहुत ज़्यादा होया, ये सड़क वाले महकमे की जिहड़ी कंपनी बना रही है सड़क उन्हां दी, नहरी महकमे की नुकसान जी अणगहली करके उहदा शिकार ये किसान हो गए। ये बनता मुआवजा जिहड़ा सरकार ने इन्हां नूं देना चाहिए, ताँ कि ये जिहड़े सारा झोने ते जिहड़ी मूंगी की फसल है ये आपदी दोबारा करके ते आपदी किसानी चालू रख सकन। ਕਿੰਨਾ ਕੁ ਏਰੀਆ ਜਿਹੜਾ ਡੁੱਬਿਆ ਪਿਆ ਸਾਰਾ, ਪਾਣੀ ਭਰਿਆ ਪਿਆ? 40 ਏਕੜ 45 ਏਕੜ ਜ਼ਮੀਨ ਹੈਗੀ ਹੈ ਝੋਨੇ ਦੀ, 2.5 ਏਕੜ ਉਹਦੇ 'ਚ ਹੈਗੀ ਆ, ਇਹ ਸਾਰਾ ਪਾਣੀ ਨਾਲ ਡੁੱਬ ਕੇ ਜਿਹੜਾ ਨੁਕਸਾਨ। ਪਾਣੀ ਦੀ ਨਿਕਾਸੀ ਹੈ ਨਹੀਂ ਕਿਸੇ ਪਾਸੇ? ਪਾਣੀ ਦੀ ਨਿਕਾਸੀ ਹੈ ਨਹੀਂ ਗੀ, ਪਾਣੀ ਛੜਕ ਆ ਉੱਧਰ ਦਾ ਅੱਗੇ ਜਾ ਕੇ ਬਾਈਪਾਸ ਚੱਲ ਰਿਹਾ, ਉਹਦੇ 'ਚ ਵੀ ਜਿਹੜੀ ਆ ਉਹ ਇਹਨਾਂ ਨੇ ਨਵੇਂ ਬਣਾਏ, ਉਹਨਾਂ 'ਚ ਬਣਾਏ ਨਹੀਂ ਡਵਰਸ਼ਨ ਦੇ ਥੱਲੇ ਜਿਹੜੇ, ਅਤੇ ਉਹ ਪਾਣੀ ਸਾਰਾ ਇੱਧਰ ਵੀ ਫਸਲ ਨੂੰ ਮਾਰ ਕਰੀ ਜਾਂਦਾ। ਉੱਧਰ ਬਾਰਿਸ਼ ਭਾਰੀ ਹੋ ਗਈ ਆ, ਲੱਸੀ ਦਾ ਪਾਣੀ ਆ, ਉਹਦਾ ਨੁਕਸਾਨ ਜਿਹੜਾ ਕਿਸਾਨ ਚੱਲ ਰਿਹਾ। ਜਿਸ ਤਰ੍ਹਾਂ ਜੀ ਸੂਆ ਟੁੱਟਣ ਦੇ ਕਾਰਨ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਸੂਏ ਦਾ, ਉਸ ਤੋਂ ਬਾਅਦ ਵੱਡਾ ਜਿਹੜਾ ਆਪਾਂ ਅੱਗੇ ਪੁਲ ਬਣ ਬਣ ਰਿਹਾ ਵੱਡਾ ਬਾਈਪਾਸ 'ਤੇ, ਉਹ ਤੋਂ ਨਿਕਾਸੀ ਪਾਣੀ ਲੱਗੇ ਹੈ ਨਹੀਂ ਸੀਗੀ, ਉਹ ਕੰਪਨੀ ਨੇ ਪੁਲ ਬਣਾ ਰਿਹਾ ਅਤੇ ਹੇਠਾਂ ਪਾਣੀ ਦੀ ਨਿਕਾਸੀ ਨਹੀਂ ਕੀਤੀ, ਇਸ ਕਾਰਨ ਪਾਣੀ ਟੁੱਟ ਗਿਆ। ਅਤੇ 40-45 ਕਿੱਲੇ ਜਿਹਦੇ ਵਿੱਚ ਮੂੰਗੀ ਵੀ ਆ, ਝੋਨਾ ਲੱਗਿਆ ਹੋਇਆ, ਕਾਫ਼ੀ ਡੁੱਬ ਗਿਆ, ਕਾਫ਼ੀ ਨੁਕਸਾਨ ਜ਼ਿਮੀਂਦਾਰਾਂ ਦਾ ਹੋਇਆ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ, ਇੱਕ ਤਾਂ ਜਿਹੜਾ ਕੰਪਨੀ ਨੇ ਜੋ ਸੜਕ ਬਣਾ ਰਹੀ ਆ ਉਹ ਪੁਲ ਦਾ ਕਾਰਨ ਕਰਕੇ ਜੋ ਸਾਡਾ ਨੁਕਸਾਨ ਹੋਇਆ, ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਵੇ। ਜੋ ਨਹਿਰੀ ਮਹਿਕਮਾ ਉਹਨਾਂ ਨੇ ਅਣਗਹਿਲੀ ਕਾਰਨ 2-3 ਦਿਨ ਬੀਤ ਜਾਣ ਦੇ ਬਾਵਜੂਦ ਵੀ ਇੱਥੇ ਪਹੁੰਚੇ ਨਹੀਂ ਉਹ ਮਹਿਕਮਾ ਆ ਕੇ, ਕੱਲ੍ਹ ਸਿਰਫ ਇੱਕ ਉਹਨਾਂ ਦਾ ਮੇਟ ਆ ਕੇ ਅਤੇ ਮੁੜ ਗਿਆ। ਕਿਸਾਨਾਂ ਨੇ ਆਪਦੇ ਪੱਧਰ 'ਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਪਾਣੀ ਜ਼ਿਆਦਾ ਹੋਣ ਦੇ ਕਾਰਨ ਹੁਣ ਮਾੜਾ ਜਿਹਾ ਪਾਣੀ ਕੁਛ ਥੋੜ੍ਹਾ ਹੋਇਆ। ਇਸ ਕਾਰਨ ਸਰਕਾਰ ਤੋਂ ਮੰਗ ਕਰਦੇ ਹਾਂ ਵੱਧ ਤੋਂ ਵੱਧ ਸਾਨੂੰ ਮੁਆਵਜ਼ਾ ਦੇ ਕੇ। ਪਾਣੀ ਦੀ ਨਿਕਾਸੀ ਹੈ ਨਹੀਂ ਕਿਸੇ ਪਾਸੇ? ਪਾਣੀ ਕਿਸੇ ਪਾਸੇ ਨਿਕਾਸੀ ਹੈ ਨਹੀਂ, ਇਸ ਪਾਸੇ ਵੱਡਾ ਸੂਆ, ਇਸ ਪਾਸੇ ਵੱਡਾ ਜੋ ਬਾਈਪਾਸ ਚੱਲ ਰਿਹਾ ਬੁੱਗੀਪੁਰਾ ਰੋਡ ਚੌਂਕ ਅਤੇ ਲੁਹਾਰਾ ਨੂੰ, ਇਸ ਪਾਸੇ ਪਾਣੀ ਡਾਫ ਲੱਗੀ ਖੜੀ ਆ। ਇਸ ਕਰਕੇ ਕਾਰਨ ਸਾਰਾ ਦੇਖੋ ਕਿ ਸਾਰਾ ਪਾਣੀ 2-3 ਏਕੜ ਮੂੰਗੀ ਖੜਾ ਹੈ, ਮੂੰਗੀ ਆ ਵਿੱਚ ਨੇੜੇ ਘਰਾਂ ਜਾਂ ਤੂੜੀਆਂ ਢਿੰਗਾਂ ਲੱਗੀਆਂ ਪਈਆਂ, ਪਾਣੀ ਸਾਰਾ ਨੇੜੇ ਨੂੰ ਕਾਫ਼ੀ ਨੁਕਸਾਨ ਹੋ ਰਿਹਾ, ਘਰਾਂ ਦਾ ਵੀ ਨਾਲ ਆ, ਮੂੰਗੀ ਦਾ ਵੀ ਆ, ਫਸਲਾਂ ਦਾ ਵੀ ਆ। ਆਹ ਸੜਕ ਨਾਲ ਨਵੀਂ ਬਣੀ, ਇਹ ਟੁੱਟੀ ਜਾ ਰਹੀ, ਖਰੀ ਜਾਂਦੀ ਹੈ। ਇਸ ਕਰਕੇ ਸਰਕਾਰ ਨੂੰ ਇਹ ਤੁਰੰਤ ਧਿਆਨ ਦੇਣਾ ਚਾਹੀਦਾ ਤਾਂ ਕਿ ਸਾਡਾ ਮਸਲਾ ਹੱਲ ਹੋ। ਹਰਪਾਲ ਸਿੰਘ, ਦਿਵਿਆ ਪੰਜਾਬ ਟੀਵੀ, ਮੋਗਾ।